ਓਏ ਮੁੰਡਿਆ ਹਾਂਜੀ ਦਵਾਈ ਤਿਆਰ ਹੋ ਗਈ ਆ ਹੋ ਗਈ ਹੈ ਜੀ ਅੱਛਾ 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 ਤੇ ਉਹ ਆਇਆ ਸੀ ਉਹ ਆਪਣਾ ਦਵਾਈ ਲੈਣ ਵਾਸਤੇ ਹਾਜੀ ਸਰਵਰ ਹਾਂਜੀ ਹਾਜੀ ਸਰਵਰ ਆਇਆ ਸੀ ਭੋੜੇ ਬਾਜ਼ਾਰ ਵਾਲਾ ਹਾਂਜੀ ਆਇਆ ਬੋਲਦਾ ਗਿਆ ਜੀ ਤੁਹਾਨੂੰ ਕਿਸ ਗੱਲ ਤੋਂ ਬੋਲਦਾ ਗਿਆ ਉਹ ਕਹਿੰਦਾ ਦਵਾਈ ਅਸਰ ਹੀ ਨਹੀਂ ਕਰਨ ਡਈ ਅਸਰ ਹੁਣ ਕੀ ਕਰੀਏ ਵੀ ਦਵਾਈ ਹੁਣ ਯਕਦਮ ਹੁਣ ਸੀਨਾ ਪਾੜ ਕੇ ਵਿੱਚ ਰੱਖ ਦਈਏ ਆਸਤਾ ਆਸਤਾ ਆਰਾਮ ਆਉਂਦਾ ਹੋਣਾ ਵੀ ਯਕਦਮ ਅਸਰ ਕਰ ਜਾਵੇ ਦਵਾਈ ਇਹਦੇ ਬੰਦੇ ਨੂੰ 20 ਦਫਾ ਕਹੋ ਬੰਦਾ ਅਸਰ ਨਹੀਂ ਕਰਦਾ ਹੈਗਾ ਉਹ ਤਾਂ ਫਿਰ ਦਵਾਈ ਆ ਹੱਦ ਹੋ ਗਈ ਆ ਕੋ ਪੈਸੇ ਪੂਏ ਵੀ ਦੇ ਕੇ ਆ ਕਿ ਨਹੀਂ ਪੈਸੇ ਉਹਨੇ ਕਾਹਦੇ ਦੇਣੇ ਜਦੋਂ ਉਹਨੂੰ ਅਸਰ ਹੀ ਨਹੀਂ ਹੋਣ ਡਿਆ ਦਵਾਈ ਦਾ ਦੇਖ ਲਾ ਉਹ ਤੇ ਪਹਿਲੇ ਵੀ ਮੰਗਣ ਡਿਆ ਜਦੋਂ ਪੈਸੇ ਹੀ ਨਹੀਂ ਦਿੱਤੇ ਦਵਾਈ ਨੇ ਕੀ ਅਸਰ ਕੀ ਕਰਨਾ ਹੈ ਆ ਬਾਜੀ ਉਹਨਾਂ ਨੂੰ ਵੀ ਚੈੱਕ ਕਰੋ ਘੰਟਾ ਹੋ ਗਿਆ ਬਾਈ ਹਾਂ ਚੈੱਕ ਕਰ ਲੈਂਦੇ ਆ ਆ ਤੁਹਾਡੇ ਆਉਣ ਦਾ ਟਾਈਮ ਆ ਇਹ ਹੈ ਤੁਹਾਨੂੰ ਮੈਂ ਕਿਹਾ ਸੀ ਵੀ ਸਵੇਰੇ ਸਾਜਰੇ ਆਇਆ ਕਰੋ ਆ ਕਾਕਾ ਆ ਪਾ ਵਿੱਚ ਥੋੜ੍ਹਾ ਜਿਹਾ ਆ ਬਗਵਾਲਾ ਪਾ ਥੋੜ੍ਹਾ ਜਿਹਾ ਚੱਲ ਕੀ ਹੈ ਜੀ ਇਹ ਇਹ ਬਗਵਾਲਾ ਆ ਪੁੱਤ ਓਏ ਖੁਸ਼ਬੂ ਇਹ ਉਹ ਜਿਹੜੀ ਬੂਟੀਆਂ ਆ ਜਿਹੜੀਆਂ ਕਿ ਨਹੀਂ ਲੱਭਦੀਆਂ ਕੀ ਨਾਂ ਇਹਦਾ ਆ ਇਹ ਅੱਲਾ ਦੀ ਮਿਹਰਬਾਨੀ ਦੇ ਨਾਲ ਪੂਰਾ ਜੰਗਲ ਫੁੱਲ ਲੋ ਇਹ ਗੁਗਵਾਲਾ ਜਿਹੜੀ ਹੈ ਨਾ ਬੂਟੀ ਇਹ ਸਾਰਿਆਂ ਤੋਂ ਔਖੀ ਬੂਟੀ ਆ ਇਹ ਨਹੀਂ ਲੱਭੇਗੀ ਇਹ ਜੰਗਲਾਂ 'ਚੋਂ ਨਹੀਂ ਲੱਭਦੀ ਜੀ ਹਾਂ ਕਰਿਆਨੇ ਵਾਲੀ ਦੁਕਾਨ ਤੋਂ ਦਸਾਂ ਦੀ ਲੱਭ ਜਾਂਦੀ ਬਕਵਾਸ ਬੰਦ ਕਰਿਆ ਕਰ ਇਹ ਉਹ ਨਹੀਂ ਹੈਗੀ ਜਿਹੜੀ ਲੈ ਕੇ ਆਇਆ ਸੀ ਉਦੜ ਇਹ ਹੋਰ ਆ ਗੱਲਾਂ ਕਰੀ ਜਾਂਦੇ ਹੁਣ ਕੀ ਗੱਲ ਕੀ ਹੈ ਤੈਨੂੰ ਹੈ ਆ ਲਿਆ ਜੀ ਆ ਇੱਕ ਅੱਧੀ ਖੁਰਾਕ ਇੱਥੋਂ ਆਪ ਹੀ ਖਾ ਲਓ ਲਿਆ ਕਾਕਾ ਇਹ ਦਵਾਈ ਅਸਰ ਕਿਉਂ ਨਹੀਂ ਕਰਦੀ ਹਾਂ ਦਵਾਈ ਨੇ ਅਸਰ ਕੀ ਕਰਨਾ ਪਤਾ ਹੀ ਨਹੀਂ ਹੈਗਾ ਕਿਹੜੀ ਕਿੱਥੇ ਇਸਤੇਮਾਲ ਕਰਦੀ ਉਹ ਡਈ ਡਈ ਇਹਦੀ ਗੱਲ ਪੁੱਤੋ ਆ ਵੇ ਤਾਂ ਸਹੀ ਆ ਇਹ ਚ ਬੂਟੀ ਤਾਂ ਪਾਈ ਨਹੀਂ ਉਹ ਕਿਹੜੀ ਉਹ ਸਿਵੇ ਸੁਲਸਾਨ ਬੂਟੀ ਜਿਹੜੀ ਆ ਲਿਆ ਕਿਹੜੀ ਜੀ ਸਿਵੇ ਸੁਲਸਾਨ ਸਿਵੇ ਸੁਲਸਾਨ ਹੈ ਸਿਵਲ ਹਸਪਤਾਲੋਂ ਲੱਭਣੀ ਹੈ ਬਕਵਾਸ ਨਾ ਕਰਿਆ ਕਰ ਸੁਲਸਾਨ ਹੁੰਦੀ ਹੈ ਓਏ ਹੁੰਦੀ ਪੀਲੇ ਰੰਗ ਦੀ ਪੁੱਤੋ ਏ ਪੀਲੇ ਰੰਗ ਦੀ ਉਹ ਤੇ ਹਲਦੀ ਹੁੰਦੀ ਹੈ ਹਲਦੀ ਨਹੀਂ ਹੁੰਦੀ ਹੈਗੀ ਇਹ ਜਲਦੀ ਹੁੰਦੀ ਆ ਇਹ ਤਾਂ ਇਹ ਲੋ ਰੁਕ ਜਾਂਦੀ ਆ ਓਏ ਕਿਤੇ ਪੀ ਲਓ ਇਹਦਾ ਵੀ ਸ਼ਰਬਤ ਦਾ ਘੁੱਟ ਲਾ ਲਓ ਇਹ ਸਾਰੀਆਂ ਹੁਣ ਤੁਹਾਨੂੰ ਦਵਾਈਆਂ ਮੈਂ ਦੱਸਣੀਆਂ ਆ ਪੁੱਤ ਚਾਰ ਕ ਡੱਖੇ ਲੈ ਲਾ ਚਾਰ ਕ ਡੱਖੇ ਆ ਰੂਏ ਤਫਾਕੜੀ ਦੇ ਲੈ ਰੂਏ ਤਫਾਕੜੀ ਦੇ ਆ ਲੈ ਇਹ ਬੂਟੀ ਜਿਹੜੀ ਵਿੱਚ ਪਾ ਪੁੱਤ ਓਏ ਇਹਦੇ ਚਾਰ ਟੱਕੇ ਬਹੁਤੀ ਨਾ ਹੋਏ ਕੜਵੀ ਹੋ ਜਾਂਦੀ ਆ ਇਹ ਕਿਹੜੀ ਬੂਟੀ ਆ ਉਸਤਾਦ ਜੀ ਇਹ ਰੂਏ ਤਫਾਕੜੀ ਖੁਸ਼ਬੂ ਮੂਲੀਆਂ ਦੀ ਆਉਣ ਡਈ ਬਕਵਾਸ ਨਾ ਕਰਿਆ ਕਰ ਸਮਝ ਲੱਗੀ ਕਿ ਨਹੀਂ ਬਹੁਤਾ ਤੂੰ ਮੇਰੇ ਨਾਲ ਬਹੁਤਾ ਬਹੁਤਾ ਸਮਝਦਾਰ ਆ ਤੂੰ ਵੀ ਤੂੰ ਬਹੁਤਾ ਸਮਝਦਾਰ ਆ ਕਾਕਾ ਹਾਂਜੀ ਆ ਥੋੜਾ ਜਿਹਾ ਗੁਰਬੇ ਹੁਆ ਪਾਲਾ ਵਿੱਚ ਕੀ ਪਾਲਵਾ ਗੁਰਬੇ ਹੁਆ ਉਹ ਕਿਹੜਾ ਕੋਲੋ ਹੀ ਨਾਲ ਲਈ ਇਹਨੇ ਗੁਰਬੇ ਹੁਆ ਮੈਂ ਪਾਗਲ ਆ ਕੋਈ ਯਾਰ ਮੈਂ ਪਾਗਲ ਆ ਜਿਹੜਾ ਕੋਰਸ ਕਰਕੇ ਆਇਆ ਆ ਗੁਰਬੇ ਹੁਆ ਆ ਗੁਰਬੇ ਹੁਆ ਦਾ ਬੁੱਧ ਮਤਲਬ ਇਹ ਹੁੰਦਾ ਹੈ ਕਿ ਜ਼ੁਕਾਮ ਨਹੀਂ ਹੁੰਦਾ ਹਲ ਪੜ ਪਾ ਹਕੀਮ ਘੱਟ ਤੇ ਜਿੰਨ ਬਹੁਤੇ ਲੱਗਣਾ ਗੁਰਬੇ ਹੁਆ ਚੱਲ ਬਾ ਵਿੱਚ ਆ ਕੀ ਹੈ ਜੀ ਇਹ ਗੁਰਬੇ ਹੁਆ ਆ ਪੁੱਤ ਇਹਦੇ ਨਾਲ ਉੱਥੋਂ ਨਹੀਂ ਛਿੜਦਾ ਆ ਨਮਕ ਕਰ ਗਈ ਹੁੰਦਾ ਹੈ ਆ ਲਾ ਕਾਕਾ ਆ ਖੜਕੇ ਪਰਤਾ ਖੜਕੇ ਪਰਤਾ ਇਹ ਥੋੜੇ ਜਿਹਾ ਪਾ ਵਿੱਚ ਦੁਨੀਆ ਤੋਂ ਪਰਦਾ ਲਓ ਜੀ ਆ ਸਫੈਦੇ ਦੇ ਪੱਤੇ ਦੇਤੇ ਆ ਖੜਕੇ ਪਰਦਾ ਬਕਵਾਸ ਆਪਣੀ ਬੰਦ ਕਰ ਲੈ ਮੈਂ ਤੈਨੂੰ ਕਹੀ ਜਾਣ ਡਿਆ ਆ ਤੂੰ ਮੇਰੇ ਨਾਲ ਬਹੁਤਾ ਸਮਝਦਾਰ ਆ ਹੈ ਉਹ ਕੁੱਤਿਆਂ ਜਿਹਾ ਸੀ ਅਸੀਂ ਬੁੱਢੇ ਹੋ ਗਏ ਆ ਕਰਦੇ ਆ ਸਾਨੂੰ ਕੰਮ ਚਵਲਾ ਮਾਰਨ ਡਿਆ ਆ ਆ ਅੰਮੀ ਨੂੰ ਮੈਂ ਡੇਲੀ ਵੇਖਿਆ ਪਲਾਚ ਪਾਉਂਦੀ ਆ ਖੜਕੇ ਪਰਦਾ ਬਕਵਾਸ ਕਰਦਾ ਆ ਇਹ ਮਜੂਨ ਆ ਇਹਦੇ ਵਿੱਚ ਇਹ 99 ਕੁਸ਼ਤੇ ਪੈਣੇ ਆ 99 ਕੁਸ਼ਤ ਤਰ ਜਾ ਕੇ ਇਹ ਕਾਮਯਾਬ ਹੋਣਾ ਹੈ ਅੱਛਾ ਜਦੋਂ ਸੌ ਕੇ ਉੱਠਦੀ ਹੈ ਉਦੋਂ ਅੱਖਾਂ 'ਚ ਦਰਦ ਹੁੰਦੀ ਹੈ ਅੱਛਾ 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 ਅਤੇ ਕਦੀ ਕਦੀ ਰੰਗ ਪੀਲਾ ਹੋ ਜਾਂਦਾ ਹੈ ਅੱਛਾ ਅੱਛਾ ਤਾਂ ਜਦੋਂ ਤੁਰਦਿਆਂ ਫਿਰਦਿਆਂ ਕੋਈ ਦਿਲ ਦੀ ਧੜਕਣ ਤੇਜ਼ ਹੁੰਦੀ ਹੈ ਅੱਛਾ ਓਏ ਹੋਏ ਹੋਏ ਗੋਸ਼ਤ ਨਾਲ ਰੋਟੀ ਖਾਧੀ ਰਾਤੀ ਅੱਛਾ ਪਾਣੀ ਜਿਹੜਾ ਆ ਨਲਕੇ ਦਾ ਇਸਤੇਮਾਲ ਕਰਦੇ ਆ ਟੂਟੀ ਦਾ ਕਰਦੇ ਹੋਣੇ ਆ ਅੱਛਾ ਓਏ ਹੋਏ 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 ਜਦੋਂ ਸੌਂਦੇ ਆ ਉਦੋਂ ਆ ਛੱਤ ਛੁੱਤ ਘੁੰਮਦੀ ਰਾਤ ਨੂੰ ਨਹੀਂ ਘੁੰਮਦੀ
ਛੱਤ ਘੁੰਮਦੀ ਹੀ ਨਹੀਂ। ਅੱਛਾ ਅੰਗੂੜੇ ਚ ਸੌਂਦੀ ਆ ਤੇ ਭੁੱਖ ਭੁੱਖ ਤਾਂ ਲੱਗਦੀ ਨੀ ਹੋਣੀ ਤੈਨੂੰ, ਭੁੱਖ ਲੱਗਦੀ ਆ? ਭੁੱਖ ਵੀ ਲੱਗਦੀ ਆ ਤੈਨੂੰ, ਨੀਹਾਂ ਦੇ ਵਿੱਚ ਤੇ ਦਰਦ ਹੁੰਦੀ ਹੋਣੀ ਆ। ਅੱਛਾ ਅੱਛਾ ਤੇ ਰਾਤ ਨੂੰ ਕਦੀ 3 ਵਜੇ ਬੁਖਾਰ ਚੜਦਾ ਹੋਣਾ? ਬੁਖਾਰ ਵੀ ਨੀ ਚੜਦਾ? ਲਓ ਜੀ ਅੱਛਾ 20 ਟੇਵੇ ਲਾ ਲਏ ਆ, ਉਹਦੇ ਵਿੱਚੋਂ ਇੱਕ ਵੀ ਸਹੀ ਨਹੀਂ ਹੋਇਆ ਹੈ। ਉਹ ਤੁਸੀਂ ਇਹ ਨਾ ਇਹ ਦਵਾਈਆਂ ਦਵਾਈਆਂ ਛੱਡ ਦਿਓ, ਦਵਾਈਆਂ ਤੁਹਾਨੂੰ ਰਾਸ ਨਹੀਂ, ਵਾਜੇ ਵਾਲੀ ਦੁਕਾਨ ਤੇ ਫੇਰ ਚੱਲ ਜਾਓ। ਆਪਣੀ ਜ਼ਬਾਨ ਤੇ ਕੰਟਰੋਲ ਕਰ, ਸਮਝ ਗਿਆ ਕਿ ਨਹੀਂ? ਸਮਝ ਗਿਆ ਕਿ ਨਹੀਂ? ਇਹ ਫੱਕੀਆਂ ਤੁਹਾਡੇ ਦੌਰ ਦਾ ਕੰਮ ਨਹੀਂ ਹੈਗਾ, ਤੁਹਾਨੂੰ ਪਿੱਤਲ ਰਾਸ ਆ। ਅਸਲਾਮ ਅਲੈਕਮ ਜੀ। ਵਾਲੇਕਮ ਸਲਾਮ ਜੀ। ਬੈਠ ਜੀ, ਆ ਬੈਠ ਜਾ, ਬੈਠ ਜਾ, ਬੈਠ ਜਾ, ਤੁਸੀਂ ਆਪੇ ਹੀ ਉੱਠ ਜਾਣਾ। ਪਾਣੀ ਜਿਹੜਾ ਨਾ, ਪਾਣੀ ਬਹੁਤਾ ਇਸਤੇਮਾਲ ਕਰਨਾ, ਜਿੰਨਾ ਪਾਣੀ ਇਸਤੇਮਾਲ ਕਰੋਗੇ ਤੁਹਾਨੂੰ ਲੱਗੇ ਕਿ ਨਹੀਂ, ਓਨੇ ਤੁਹਾਡੇ ਗੁਰਦੇ ਵਾਸ਼ ਹੋਣਗੇ। ਇਹ ਉਹਨਾਂ ਨੂੰ ਨਹੀਂ ਪਤਾ। ਹਾਂ ਤੇ ਪਾਣੀ ਜਿਹੜਾ ਨਾ, ਕੋਸ਼ਿਸ਼ ਕਰਨੀ ਆ ਵੀ ਮੋਟਰ ਦਾ ਨਹੀਂ ਲੈਣਾ, ਨਹਿਰੀ ਪਾਣੀ ਲਵੋ, ਨਹਿਰੀ। ਯਾਰ ਭਾਜੀ ਜੀ, ਅੱਲਾ ਦਾ ਸ਼ੁਕਰ ਜੀ, ਅੱਲਾ ਦਾ ਇੱਧਰ ਆਇਓ ਭਾਈ। ਸ਼ਫੀਕ ਨੇ ਨਾ ਜਿਹੜੇ ਲੋਹਾਰ, ਹਾਂਜੀ ਹਾਂਜੀ, ਉਹ ਤੁਹਾਡੇ ਕੋਲ ਦਵਾਈ ਲਈ ਜਾਂਦੇ ਜੀ। ਹਾਂਜੀ ਹਾਂਜੀ, ਤੇ ਉਹਨਾਂ ਨੇ ਮੈਨੂੰ ਤੁਹਾਡਾ ਨੰਬਰ ਦਿੱਤਾ ਸੀਗਾ। ਅੱਛਾ ਅੱਛਾ, ਕੱਲ ਮੈਂ ਸ਼ਾਮੀ ਫੋਨ ਕੀਤਾ ਸੀਗਾ। ਅੱਛਾ ਹਾਂਜੀ ਹਾਂਜੀ ਹਾਂਜੀ, ਤੇ ਮੈਂ ਉਸ ਸਿਲਸਿਲੇ 'ਚ ਹੀ ਆਇਆ ਸੀ ਤੁਹਾਡੇ ਕੋਲ। ਤੇ ਪਰੇ ਕਰ ਲਾ ਜਰਾ, ਪਰੇ ਨੂੰ ਪਰੇ ਨੂੰ ਕਰ ਲਾ। ਅਸਲ 'ਚ ਨਾ ਜੜੀ ਬੂਟੀਆਂ ਜਿਹੜੀਆਂ ਆ ਉਹ ਦਿਮਾਗ ਨੂੰ ਪੈਂਦੀਆਂ। ਹਾਂਜੀ, ਜਾਂ ਬੜੀਆਂ ਖਤਰਨਾਕ ਆ, ਜਾਂ ਹਾਂਡੀ 'ਚ ਪੈਂਦੀਆਂ ਜਾਂ ਦਿਮਾਗ ਨੂੰ ਪੈਂਦੀਆਂ। ਹਾਂ ਕਰੋਨਾ ਤਾਜ਼ਾ ਤਾਜ਼ਾ ਹਲੇ ਗਿਆ ਤੇ ਛਿੱਕ ਕੋਈ ਬੰਦਾ ਛਿੱਕ ਮਾਰਦਾ ਉਹਨੇ ਡਰ ਲੱਗਦਾ ਜੀ। ਨਹੀਂ ਨਹੀਂ ਨਹੀਂ, ਉਹ ਨਹੀਂ ਆ, ਇਹ ਜਿਹੜੀ ਬੂਟੀਆਂ ਆ ਮੁੰਡਾ ਵਿਗੜਦਾ ਆ, ਮੈਨੂੰ ਪਤਾ ਆ। ਵੇਲੇ ਤੈਨੂੰ ਹੁਣ ਹਰ ਬਿਮਾਰੀ ਤੋਂ ਆਰਾਮ ਆ ਗਿਆ ਹੈ, ਬੁਖਾਰ ਤੈਨੂੰ ਨੀ ਚੜਦਾ, ਪਿੰਨੀਆਂ ਦੀ ਦਰਦ ਤੇਰੇ ਨੀ ਹੁੰਦੀ ਹੈ, ਭੁੱਖ ਤੈਨੂੰ ਲੱਗਦੀ ਆ, ਇਹ ਹੁੰਦਾ ਕਰਤਵ ਸਾਰਾ ਦਵਾਈ ਦਾ। ਅੱਛਾ ਭਾਈ, ਸੱਚਾ ਹੁਣ ਗਾਹਕ ਨਵਾਂ ਆਇਆ, ਸੱਚਾ ਆ ਮੁੰਡਾ ਕੌਣ ਬੋਲੀ ਜਾਣ ਡਿਆ? ਇਹ ਬਕਵਾਸ ਕਰਦਾ, ਇਹ ਨਾ ਜਦੋਂ ਦਾ ਸਿਰ 'ਚ ਸੱਟ ਲੱਗੀ ਹੈ ਨਾ, ਇਹ ਇਕੱਲਾ ਹੀ ਗੱਲਾਂ ਕਰਦਾ ਰਹਿੰਦਾ ਆਪਣੇ ਆਪ ਨੂੰ। ਸ਼ਗਿਰਦ ਆ ਤੁਹਾਡਾ? ਆ ਸ਼ਗਿਰਦ। ਕੀ ਨਾਂ ਜੀ? ਇਹਦਾ ਨਾਮ ਮੱਖੀ ਆ। ਨਾ ਸੋਹਣਾ ਰੱਖਿਆ। ਹਾਂ ਪੈਂਟਰ ਮੱਖੀ ਇਹਨੂੰ ਕਹਿੰਦੇ ਆ। ਪੈਂਟਰ? ਪੈਂਟਰ ਮੱਖੀ। ਨਹੀਂ ਉਹ ਤਾਂ ਕੁੱਤਾ ਨਹੀਂ ਹੁੰਦਾ? ਨਹੀਂ ਉਹ ਵੀ ਨਾਲ ਹੀ ਲਾ ਕੇ ਮੱਖੀ ਦਾ ਕੁੱਤਾ ਲਾ ਕੇ ਇੱਕ ਬਣਿਆ ਇਹ। ਮਰੀਜ਼ ਨੇ ਸਾਡੇ ਇੱਕ ਅਰਸਾ ਹੈ 6-7 ਸਾਲ ਤੋਂ ਬਿਮਾਰ ਆ। ਬਿਮਾਰ ਆ? ਹਾਂਜੀ। ਤੇ ਬਥੇਰੇ ਹਸਪਤਾਲਾਂ 'ਚ ਵੀ ਟਾਈਮ ਲੈ ਗਿਆ ਹੈ। ਜੀ ਜੀ, ਹਸਪਤਾਲਾਂ 6-7 ਸਾਲ ਪੀ ਦੇ ਵਿੱਚ ਰਹਿਣਾ। ਹਾਂਜੀ ਹਾਂਜੀ, ਇਹ ਕਰਨੀ ਮਰੀਜ਼ ਦੀ ਬੜੀ ਔਖੀ ਗੱਲ ਆ। ਹਾਂਜੀ, ਮੈਂ ਕਿਹਾ ਮੈਂ ਨਾ ਤੁਹਾਡੇ ਕੋਲ ਪੁੱਛਦਾ ਹਾਂ ਜੀ ਜਾ ਕੇ ਕਿ ਕੀ ਮਸਲਾ ਹੈ। ਰਾਤ ਨੂੰ ਨਾ, ਰਾਤ ਨੂੰ ਜੀ ਜੀ ਕਹਿੰਦਾ ਕਿ ਲੱਤਾਂ ਚੁੱਕ ਚੁੱਕ ਮਾਰਦਾ ਹੈ। ਉਹ ਚੁਬਾਈ ਲੱਗੀ? ਹਾਂਜੀ ਚੁਬਾਈ ਲੱਗੀ, ਬੇਚੈਨੀ। ਬੇਚੈਨੀ? ਹਾਂਜੀ ਚੁਬਾਈ ਲੱਗੀ ਰਹਿਣੀ। ਹਾਂਜੀ ਠੀਕ ਹੈ, ਉਹ ਕੋਈ ਗੱਲ ਨੀ, ਅਸੀਂ ਤਾਂ ਅੱਲਾ ਦੀ ਮਿਹਰਬਾਨੀ ਨਾਲ ਇਹ ਤਾਂ ਫਿਰ ਲੱਤਾਂ ਬਾਬਾ ਚੁੱਕ ਕੇ ਮਾਰਦਾ, ਨਾ ਮਾਰੇ ਸਾਰਾ ਲਵੇ। ਹਾਂਜੀ ਠੀਕ ਹੈ, ਹਕੀਮ ਫਜ਼ਲ ਕੋਲੋਂ ਵੀ ਲੱਗ ਜਾਵੇ ਸਹੀ, ਬੰਦਾ ਉੱਠ ਕੇ ਬਹਿ ਜਾਏਗਾ, ਬੰਦਾ ਫੜੁਕ ਜਾਏਗਾ। ਆ ਮੁੰਡਾ ਬੁੜਬੁੜ ਕਰਨੋਂ ਨਹੀਂ ਹਟਣਾ, ਤੁਸੀਂ ਜਿਹੜੀ ਗੱਲ ਕਰਦੇ ਇਦਾਂ ਗੱਲ ਕਰਦਾ ਜਿੱਦਾਂ ਤੁਸੀਂ ਝੂਠੇ ਹੋਨੇ। ਓਏ ਹੁਣ ਸਮਝੇ, ਬਕਵਾਸ ਆਪਣੀ ਬੰਦ ਰੱਖਿਆ ਕਰ। ਲਓ ਬਾਜੀ ਚਵਲਾ ਮਾਰ ਡਿਆ ਆ, ਤੇ ਇਹ ਨਾ ਇਹ ਵੀ ਸਾਡੇ ਪੁਰਾਣੇ ਕਸਟਮਰ ਆ। ਐਡੇ ਸਿਰ 'ਚ ਦਰਦ ਨਹੀਂ ਹੁੰਦੀ, ਬੁਖਾਰ ਨਹੀਂ ਚੜਿਆ, ਭੁੱਖ ਵੀ ਲੱਗਦੀ ਆ। ਅੱਛਾ ਹੈ, ਅੱਲਾ ਨੇ ਮੇਰੇ 2 ਖੁਰਾਕਾਂ ਸਿਰਫ ਦਿੱਤੀਆਂ ਇਸ ਬੱਚੀ ਨੂੰ ਮੈਂ। ਅੱਛਾ ਅੱਛਾ ਅੱਛਾ, ਤੇ ਬੱਚੀ 9 ਵਰਨਾ ਹੋ ਗਿਆ ਆਈ ਆ। ਵਾਹ ਵਾਹ, ਹੁਣ 2 ਖੁਰਾਕਾਂ ਹੁਣ ਫੇਰ ਦੇਣੀਆਂ। ਉਹ ਦਵਾਈ ਆਪਣੇ ਪੋਤਲੀ ਲੈਣ ਆਉਂਦੀ ਆ, ਉਹਨੂੰ ਹੀ ਦੇਈ ਜਾਂਦਾ। ਬਕਵਾਸ ਨਾ ਕਰਿਆ ਕਰ, ਤੈਨੂੰ ਮੈਂ ਕਹੀ ਆ ਨਾ ਆਪਣਾ ਮੂੰਹ ਬੰਦ ਰੱਖਿਆ ਕਰ, ਜਦੋਂ ਆਇਆ ਗਿਆ ਉਹਦੇ ਚਮੜ ਚਮੜ ਕਰਨ ਨੂੰ ਹਟ ਗਿਆ ਕਰ। ਬੜੀ ਤੁਹਾਡੀ ਮਸ਼ਹੂਰੀ ਹੈ ਜੀ, ਬੜੀ ਕਹਿੰਦੇ ਆ ਕਿ ਜੀ ਤੁਸੀਂ ਤਾਂ ਬਸ ਪੂਰੀ ਇੱਕ ਦੇ ਉਹਦਾ ਕੰਮ ਹੋ ਜਾਂਦਾ ਜੀ ਅਗਲੇ ਦਾ। ਹਾਂ ਅੱਲਾ ਦੀ ਮਿਹਰਬਾਨੀ ਦਾ, ਅਗਲੇ ਦਾ ਮੈਂ ਕਹਿੰਦਾ ਆ ਵੀ ਅਸੀਂ ਨਾ ਤੁਸੀਂ ਬੈਠੇ ਆ, ਹਾਂਜੀ ਆ ਸਾਰੀ ਮਦਦ ਪੁੱਛ ਲਓ ਮੈਨੂੰ, ਤੁਸੀਂ ਦੱਸ ਦਿੰਦੇ ਦੱਸ ਦਾਂਗੇ। ਹਾਂਜੀ ਹਾਂਜੀ ਹਾਂਜੀ, 40 ਸਾਲ ਹੋ ਗਏ ਜੀ ਹਕੂਮਤ ਕਰਦੇ ਆ। 40 ਸਾਲ? ਹਾਂਜੀ ਹਾਂਜੀ, 40 ਸਾਲ ਤੋਂ ਇਹੀ ਕੰਮ ਆ ਜੀ, ਇਹੀ ਕੰਮ ਕਰਦੇ ਆ। ਮੈਂ ਕਹਿੰਦਾ ਮੈਂ ਸਾਰੀਆਂ ਬਿਮਾਰੀਆਂ ਦੱਸ ਦਵਾਂ। ਕੀ ਭਾਈ ਕੀ ਕਹਿਣਾ? 40 ਸਾਲ ਤੋਂ ਕਰਨ ਡਿਆ, ਸਹੀ ਤਰ੍ਹਾਂ ਹਜੇ ਵੀ ਨਹੀਂ ਆਇਆ। ਕੀ ਕਹਿੰਦਾ ਹੈ? ਕਹਿਣ ਡਿਆ ਕਿ 40 ਸਾਲ ਤੋਂ ਕਰਨ ਡਿਆ ਆ, ਤੇ ਕਹਿੰਦਾ ਪਹਿਲੇ ਵਾਜੇ ਵਜਾਉਂਦੇ ਸੀ ਇਹ। ਕੌਣ? ਤੁਹਾਡੇ? ਨਹੀਂ ਹੋ, ਮੈਂ ਤਾਂ ਛੋਟਾ ਸੀ, ਨਿਆਜ਼ ਬੁੱਲਾਂ ਤੋਂ ਨਹੀਂ ਲੱਗਦਾ, ਕਲਾਂਟ ਵਜਾਉਂਦਾ ਸੀ, ਨਿਆਜ਼ ਸੀ ਮੈਂ ਤਾਂ ਛੋਟਾ। ਅੱਛਾ ਅੱਛਾ, ਉਹ ਵਜਾਉਂਦਾ ਸੀ। ਤੇ ਅੱਛਾ ਫਿਰ ਉਹ ਗੱਲ ਤੁਸੀਂ ਕਰ ਰਹੇ ਸੀ,
ਤੇ ਇਹ ਆ ਕਿ ਰੋਟੀ ਖਾਂਦਾ ਤੇ ਢਿੱਡ ਐ ਆਫੜ ਜਾਂਦਾ। ਰੋਟੀ ਕਿੰਨੀ ਖਾਂਦਾ? ਰੋਟੀ ਇਹ ਕੋਈ ਇੱਕ ਡੇਢ ਦੋ ਬਸ ਰੋਟੀਆਂ ਉਹਦੇ ਨਾਲ। ਏਦਾਂ ਤਾਂ ਨਹੀਂ ਹੋਣਾ ਚਾਹੀਦਾ। ਬਸ ਹੋ ਪਾ ਨਹੀਂ 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 ਜੀ ਹੋਣਾ ਚਾਹੀਦਾ। ਹਾਂਜੀ ਸਮਝ ਲੱਗੀ ਕਿ ਨਹੀਂ? ਹਾਂਜੀ। ਤੇ ਹੋਰ ਹੋਰ ਕੀ ਬਿਮਾਰੀ ਆ? ਹੋ ਰਿਹਾ ਕਿ ਅੱਖਾਂ ਜਿਹੜੀਆਂ ਨਾ ਅੱਖਾਂ ਉਹਦੇ ਥੱਲੇ ਇੱਥੇ ਕਾਲੇ ਕਾਲੇ ਨਿਸ਼ਾਨ, ਕਾਲੇ ਕਾਲੇ ਨਿਸ਼ਾਨ ਹਲਕੇ ਪੈ ਗਏ। ਹਲਕੇ ਹਲਕੇ ਇਹਨੂੰ ਕਹਿੰਦੇ ਹਲਕੇ। ਉਹ ਨਹੀਂ ਜਾਣੇ ਉਹ ਹਲਕੇ ਪੈ ਜਾਂਦੇ। ਉਹ ਨਹੀਂ ਜਾਣੇ ਉਹ ਨਹੀਂ ਜਾਣੇ ਕਿਉਂ ਬੋਲੀ ਜਾਂਦਾ? ਕਹਿੰਦਾ ਉਹ ਨਹੀਂ ਜਾਣੇ, ਉਹ ਹਲਕੇ ਨਹੀਂ ਜਾਣੇ। ਨਹੀਂ ਫੋਨ ਤੇ ਗੱਲ ਤੇ ਕਰਦਾ ਕੀ ਹੈ? ਫੋਨ ਤੇ ਗੱਲ ਕਰਦਾ ਇਹ ਲੋਕਾਂ ਨੂੰ ਧੋਖਾ। ਫੋਨ ਤੇ ਕਰਦਾ? ਨਹੀਂ ਨਹੀਂ ਫੋਨ ਤੇ ਨਹੀਂ ਕਰਨ ਡਿਆ। ਆਪ ਨੂੰ ਕਹਿਣ ਡਿਆ ਕਹਿੰਦਾ ਦੇਈ ਜਾ ਲੋਕਾਂ ਨੂੰ ਧੋਖਾ। ਉਹ ਨਾ ਕਾਲੀ ਗੱਲ ਕਰਕੇ ਆ ਡਿਆ। ਜਿਹੜੀ ਬੂਟੀਆਂ ਨੋਟ ਜੋੜਨ ਵਾਲੀਆਂ ਰੱਖੀਆਂ। ਇੱਥੇ ਆ ਜਾ ਪੁੱਤ ਓਏ ਓਏ ਪੜੋ ਕੀ ਇੱਥੇ ਆ ਵੀ ਖਾ ਛਿੱਤਰ ਮੈਂ ਗਾਣੇ ਹਵੇ ਹੈਂਡ ਫ੍ਰੀ ਲਾਈ ਲੱਗਦਾ। ਨਹੀਂ 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 ਹੈਂਡ ਫ੍ਰੀ ਲੱਗੀ ਆ। ਨਹੀਂ ਸਾਦਾ ਹੀ ਆ। ਨਹੀਂ ਭਾਜੀ ਲੱਗੀ ਆ। ਨਹੀਂ ਕੁਛ ਛਿੱਤਰਾਂ ਦੀ ਗੱਲ ਕਰਨ ਡਿਆ। ਹੈਂ ਛਿੱਤਰਾਂ ਦੀ? ਕਹਿੰਦਾ ਤੁਸੀਂ ਮੈਨੂੰ ਜਦ ਮੈਂ ਬੇ ਟਾਈਮ ਆਉਣਾ ਨਾ ਤੁਸੀਂ ਮੈਨੂੰ ਛਿੱਤਰ ਮਾਰਦੇ ਵੀ ਤੂੰ ਟਾਈਮ ਨਾ ਆ ਜਾ ਕਰ। ਹਾਂ ਮੈਂ ਪਾਗਲਾ ਤੈਨੂੰ ਛਿੱਤਰ ਮਾਰਾਂ? ਹਾਂਜੀ ਹਾਂਜੀ ਤੂੰ ਆਜ ਟਾਈਮ ਨਾ ਜਾਇਆ ਕਰ। ਸਹੀ ਹੈ ਸਹੀ ਹੈ ਸਹੀ। ਹਾਂ ਤੇ ਉਹ ਇਹ ਆ ਕਿ ਅੱਖਾਂ ਹਰ ਟਾਈਮ ਲਾਲ ਰਹਿੰਦੀਆਂ ਸੀ ਓਏ ਹੋਏ 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 ਉਹਦੀਆਂ। ਇਹ ਮਿਹਦੇ 'ਚ ਹੀਟ ਆ, ਮਿਹਦੇ 'ਚ ਹੀਟ ਬਹੁਤ ਆ। ਤੇ ਮੈਨੂੰ ਕਿਸੇ ਨੇ ਦੱਸਿਆ ਕਹਿੰਦੇ ਜੀ ਹਕੀਮ ਫਜ਼ਲ ਜਿਹੜਾ ਹੈ ਨਾ ਜੀ, ਹਾਂਜੀ ਉਹਦੇ ਕੋਲ ਚਲੇ ਜਾਓ ਤੁਸੀਂ। ਅੱਲਾਹ ਦੀ ਮਿਹਰਬਾਨੀ। ਕਹਿੰਦੇ ਉਹ ਤੇ ਚੰਗੀ ਜਗ੍ਹਾ ਤੇ ਆ ਗਏ ਹੋ, ਟਾਈਮ ਨਾ ਆ ਗਏ ਹੋ। ਹਾਂਜੀ ਹਾਂਜੀ ਹਾਂ ਹਾਂ ਨਹੀਂ ਤਾਂ ਮੈਂ ਚੱਲਾਂ ਸੀ ਹੁਣ। ਬਿਲਕੁਲ ਕੰਮ ਛੱਡ ਗਿਆ ਤੇ ਹੋ ਜਾਏਗਾ। ਹਾਂ ਲੈ ਹੋਏਗਾ ਤੇ ਅੱਲਾ ਦੀ ਮਿਹਰਬਾਨੀ ਦੇ ਨਾਲ ਵੀ ਆ ਤੁਹਾਨੂੰ ਦੋ ਖੁਰਾਕਾਂ ਦੇਣੀਆਂ ਮੈਂ। ਹਾਂਜੀ ਪੈਸੇ ਲੱਗਣਗੇ ਲੇਕਿਨ ਖੁਰਾਕਾਂ ਦੋ ਹੋਣ। ਇੰਨੀਆਂ ਲੱਤਾਂ ਚੁੱਕ ਚੁੱਕ ਕੇ ਮਾਰਦਾ ਹੁੰਦਾ ਸੀਗਾ ਨਾ। ਅੱਛਾ ਇੰਨੀਆਂ ਲੱਤਾਂ ਚੁੱਕ ਚੁੱਕ ਕੇ ਮਾਰਦਾ ਹੁੰਦਾ ਸੀ? ਮਾਰਦਾ ਹੁੰਦਾ ਸੀਗਾ ਕੀ ਮਤਲਬ? ਫੌਤ ਹੋ ਗਿਆ ਨਾ ਜੀ, ਚਾਰ ਪੰਜ ਮਹੀਨੇ ਹੋ ਗਏ। ਅੱਜ ਇਸ ਬੰਦੇ ਦੀ ਗੱਲ ਕਰ ਰਹੇ ਆ? ਹਾਂਜੀ ਹਾਂਜੀ। ਆਹ ਸਹੀ ਟੱਕਰੇ ਕਦੋਂ ਕਿੰਨੀ ਦੇਰ ਹੋ ਗਈ ਫੌਤ ਹੋਇਆ? ਚਾਰ ਪੰਜ ਮਹੀਨੇ ਹੋ ਗਏ। ਇਹ ਹੁਣ ਉਹਦੀ ਦਵਾਈ ਦਾ ਜ਼ਿਕਰ ਕਰ ਰਹੇ ਆ ਤੂੰ? ਨਹੀਂ ਨਹੀਂ ਮੈਂ ਤਾਂ ਇਹ ਗੱਲ ਪੁੱਛਣ ਆਇਆ ਕਿ ਤੁਸੀਂ ਤਜਰਬੇਕਾਰ ਬੰਦੇ ਆ, ਕਿਸ ਵਜ੍ਹਾ ਤੋਂ ਮਰਿਆ ਉਹ? ਮੇਰਾ ਉਹ ਕੀ ਗੱਲ ਆ? ਹੈ ਨਹੀਂ ਤੁਸੀਂ ਮੈਨੂੰ ਕਿਦਾਂ ਪਤਾ ਵੀ ਉਹ ਮਰਿਆ ਸੀ? ਨਾਨਾ ਸੀ ਮੇਰਾ ਉਹ, ਤੇ ਮੈਨੂੰ ਦੱਸਦਾ ਰਿਹਾ ਸੀ ਵੀ ਕਿਸ ਵਜ੍ਹਾ ਤੋਂ ਮਰਿਆ ਉਹ। ਅਸੀਂ ਮਰੇ ਨੂੰ ਦੱਸਦੇ ਆ? ਅਸੀਂ ਹਕੀਮ ਆ ਜਾਂ ਅਸੀਂ ਨਜੂਮੀ ਆ ਜਾਂ ਅਸੀਂ ਬਾਜਿਆਂ ਵਾਲੇ? ਜਾਂ ਅਸੀਂ ਬਾਜਿਆਂ ਵਾਲੇ? ਬਕਵਾਸ ਬੰਦ ਕਰੇ, ਬਕਵਾਸ ਆਪਣੀ ਬੰਦ ਕਰ ਕੁੱਤੇ ਆ। ਅਗਰ ਚਵਲ ਚਵਲ ਕਰਦਾ ਤੂੰ ਇਹ ਬਾਜਿਆਂ ਵਾਲੀ ਕੀ ਗੱਲ ਹੈ ਜੀ? ਕੰਮ ਆਪਣਾ ਵਜੇ ਵਜਾਉਂਦੇ ਤੁਸੀਂ? ਮੈਨੂੰ ਕੀ ਪਤਾ ਕਾਕਾ ਫੌਤ ਹੋਇਆ ਆ, ਤੇਰੇ ਘਰ ਹੋਇਆ ਆ, ਤੇਰਾ ਰਿਸ਼ਤੇਦਾਰ ਆ, ਮੈਨੂੰ ਕਿਉਂ ਪੁੱਛੀ ਜਾਂਦਾ? ਨਹੀਂ ਤੁਹਾਨੂੰ ਮੈਂ ਪੁੱਛਣਾ, ਲੱਤਾਂ ਚ ਬਹੁਤ ਉਹਦੇ ਦਰਦ ਹੁੰਦੀ ਸੀ, ਚੁੱਕ ਚੁੱਕ ਕੇ ਮਾਰਦਾ ਹੁੰਦਾ ਸੀ? ਉਦੋਂ ਲੱਤਾਂ ਲਵਾ ਲਈ ਸੀ ਤੁਸੀਂ? ਬਸ ਆਹ ਇਲਾਜ ਹੈ ਦੇਖੋ। ਨਹੀਂ ਮੈਂ ਤੇ ਇਸ ਗੱਲ ਕਰਕੇ ਆਇਆ, ਮੈਂ ਲੰਮਾ ਪਿਆ ਸੀ ਘਰ। ਉਹ ਬੰਦਾ ਤੇਰਾ ਮਰ ਗਿਆ, ਚਾਰ ਮਹੀਨੇ ਹੋ ਗਏ ਆ, ਉਹਦਾ ਹਿਸਾਬ ਵੀ ਉਲਟ ਆ, ਉਹ ਪਤਾ ਨਹੀਂ ਦੁੱਧ ਚ ਖੱਜਲ ਹੋਣ ਡਿਆ ਉੱਥੇ। ਹੈ ਤੂੰ ਸਾਡੇ ਕੋਲ ਆ ਕੇ ਹੁਣ ਹਿਸਾਬ ਲਵਾਉਣ ਲੱਗ ਪਿਆ ਵੀ ਉਹ ਕਿੱਦਾਂ ਮਰਿਆ, ਉਹਨੂੰ ਗੱਲ ਕੀ ਹੋਈ ਸੀ? ਤੂੰ ਉੱਥੇ ਸੀਗਾ, ਹਕੀਮ ਉੱਥੇ ਸੀ? ਨਹੀਂ ਮੈਂ ਤਾਂ ਇਹ ਸੋਚਿਆ, ਮੈਂ ਮੰਜੇ ਤੇ ਲੰਮਾ ਪਿਆ ਤੇ ਮੈਂ ਸੋਚਿਆ ਮੈਂ ਕਿਹਾ ਕਿੱਦਾਂ ਮਰਿਆ, ਫਿਰ ਮੇਰੇ ਜ਼ਿਹਨ ਚ ਨਹੀਂ ਆ ਰਿਹਾ ਕਿ ਕਿੱਦਾਂ ਮਰਿਆ। ਮੈਂ ਕਿਹਾ ਫਿਰ ਮੈਂ ਕਿਸੇ ਹਕੀਮ ਕੋਲ ਜਾ ਕੇ ਪੁੱਛਦਾ ਆ, ਤੇ ਮੈਨੂੰ ਕਿਸੇ ਨੇ ਦੱਸਿਆ ਤੁਸੀਂ ਬੜੇ ਸਿਆਣੇ ਆ। ਮਸਲਾ ਸੀਗਾ ਉਹਨੂੰ? ਮੈਨੂੰ ਕੀ ਪਤਾ ਆਇਆ ਮਸਲਾ ਕੀ ਸੀ? ਕਾਕਾ ਤੇਰੇ ਵੀ ਨੇ ਮੱਕੀ ਮੋਬਾਈਲ ਲਾ ਕਰਨ ਵਾਲਾ, ਕਰਨ ਵਾਲਾ ਮੋਬਾਈਲ ਲਾ। ਮੋਬਾਈਲ ਨਹੀਂ ਹੈਗਾ, ਸੱਚੀਆਂ ਮੋਬਾਈਲ ਹੀ ਆ। ਅੱਗੇ ਗਾਹਕਾਂ ਨੂੰ ਕਹਿੰਦਾ ਕਿ ਮੋਬਾਈਲ ਲਾਇਆ ਇਹਨੇ। ਕੰਨ ਵੀ ਦਰਦ ਕਰਦਾ ਹੁੰਦਾ ਸੀ ਉਹ? ਕਿਉਂ? ਹੈ ਕੰਨ ਕੰਨ ਉਹਦਾ ਦਰਦ ਕਰਦਾ ਸੀ? ਹਾਂਜੀ ਉਹ ਦਰਦ ਹੋਣ ਲੱਗ ਪੈਂਦੀ ਜਦੋਂ ਇਨਸਾਨ ਜਿੰਦਾ ਆ। ਹਾਂਜੀ ਦਰਦ ਤਾਂ ਹੋਣੀ ਆ। ਫੌਤ ਕਿਉਂ ਹੋਇਆ ਇਹ?
ਯਾਰ ਫੌਤ ਮੇਰੀ ਗੱਡੀ ਤੇ ਗਿਆ ਸੀ ਉਹ ਵੀ ਫਰੈਂਡ ਦੇ ਬੈਠਾ ਦੀ ਗੱਡੀ ਵੱਜ ਗਈ ਨੁਕਰ ਮੈਨੂੰ ਕੀ ਪਤਾ ਫੌਤ ਕਿੱਦਾਂ ਹੋਇਆ ਆ ਤੂੰ ਮੇਰੇ ਤੇ ਕਿਉਂ ਪੌਣ ਆਇਆ ਆ ਨਹੀਂ ਤੁਹਾਡੇ ਤੁਸੀਂ ਕਹ ਰਹੇ ਹਕੀਮ ਆ ਫਿਰ ਉਹ ਹਕੀਮ ਕਿਹੜਾ ਹੈ ਜਿਹੜਾ ਮਰੇ ਬੰਦੇ ਦਾ ਦੱਸਣ ਡਿਆ ਵੀ ਕਿੱਦਾਂ ਫੌਤ ਹੋ ਗਿਆ ਹੈ ਆ ਕਬਰਸਤਾਨ ਭਰਿਆ ਪਿਆ ਹੈ ਹਕੀਮਾਂ ਨੂੰ ਪਤਾ ਵੀ ਕਿੱਦਾਂ ਫੌਤ ਹੋਇਆ ਹੈ ਗੱਲਾਂ ਕਰਨ ਡਿਆ ਤੂੰ ਨਾ ਉਹਨਾਂ ਦੇ ਨਿਆਣਿਆਂ ਨੂੰ ਪੁੱਛੋ ਉਹਦੀ ਬੁੱਢੀ ਨੂੰ ਪੁੱਛੇ ਉਹਦੇ ਉਹਨਾਂ ਦੇ ਪੁੱਤਰਾਂ ਨੂੰ ਪੁੱਛੇ ਉਹਦੇ ਪਿਓ ਨੂੰ ਪੁੱਛੇ ਕਿੱਦਾਂ ਫੌਤ ਹੋਇਆ ਨਾ ਤੁਸੀਂ ਇੰਜ ਆਪਣਾ ਲੈਨੇ ਫਜ਼ਲ ਹਕੀਮ ਫਜ਼ਲ ਹਕੀਮ ਕਿਹੜਾ ਆ ਮੁਰਦਿਆਂ ਦਾ ਇਲਾਜ ਕਰਾਉਂਦਾ ਉਹਨੂੰ ਕੀ ਪਤਾ ਮੁਰਦਾ ਕਿਹੜਾ ਕਿਹੜਾ ਕਿੱਥੇ ਪਿਆ ਤੁਹਾਨੂੰ ਮੈਂ ਗੱਲਾਂ ਦੱਸ ਰਹੀਆਂ ਕਿ ਆ ਇਦਾਂ ਇਦਾਂ ਘਰ ਦਾ ਸੀ ਨਿਸ਼ਾਨੀਆਂ ਦੱਸੀਏ ਇਹ ਨਿਸ਼ਾਨੀਆਂ ਤੇ 40 ਬੰਦਿਆਂ ਨੂੰ ਬਿਮਾਰੀ ਆ ਇੰਨੀ ਦੂਰ 4-5 ਘੰਟੇ ਦਾ ਸਫ਼ਰ ਕਰਕੇ ਆਏ ਕਿ ਮੈਂ ਫਜ਼ਲ ਹਕੀਮ ਕੋ ਚੱਲਿਆ ਤੇ ਉਸੇ ਸਰੀਆ ਲੈ ਭੇਜਿਆ ਸੀ ਚਲੋ ਅਸੀਂ ਆਪਣੇ ਕੰਮ ਭੇਜਿਆ ਸੀ ਤੁਹਾਡੇ ਤਾਂ 4-5 ਘੰਟੇ ਜ਼ਾਇਆ ਕਰਨੇ ਹੈ ਵੈਗਨ ਵੀ ਤੇ ਭੇਜਿਆ ਸੀ ਕੰਮ ਅਜੀਬ ਤੁਸੀਂ ਆਦਮੀ ਆ ਵੈਸੇ ਇਹ ਨਾ ਆ ਇੰਨੀ ਦੂਰ ਆਇਆ ਉਹ ਤਾਂ ਬੋਲਣ ਨਹੀਂ ਰਹੀ ਨਹੀਂ ਤੇ ਤੁਸੀਂ ਮੈਨੂੰ ਦੱਸੋਗੇ ਕਾਤੋਂ ਮਰਿਆ ਉਹ ਮੈਨੂੰ ਕੀ ਪਤਾ ਕਿੱਦਾਂ ਮਰਿਆ ਉਹ ਤੁਹਾਨੂੰ ਤੇ ਹਕੀਮ ਕਹ ਰਿਹਾ ਤੁਸੀਂ ਉਹ ਹਕੀਮ ਨੂੰ ਨਹੀਂ ਪਤਾ ਹੁੰਦਾ ਹਕੀਮ ਨੂੰ ਉਹਦਾ ਪਤਾ ਹੁੰਦਾ ਜੇ ਉਹ ਕੋਈ ਦਵਾਈ ਲੈਂਦਾ ਹੋਵੇ ਦਵਾਈ ਲੈ ਉਹਨੂੰ ਪਤਾ ਹੋਵੇ ਵੀ ਆਹ ਗੱਲ ਤੇ ਕੰਟਰੋਲ ਨਹੀਂ ਹੋਇਆ ਤਰ ਮਰ ਗਿਆ ਤੁਹਾਨੂੰ ਮੈਂ ਦੱਸਿਆ ਨਹੀਂ ਕਿ ਬਈ ਉਹਦੀਆਂ ਅੱਖਾਂ ਪੀਲੀਆਂ ਸੀਗੀਆਂ ਤੁਸੀਂ ਮੈਨੂੰ ਦੱਸੋ ਕਿੱਦਾਂ ਮਰਿਆ ਉਹ ਹੁਣ ਅੱਖਾਂ ਪੀਲੀਆਂ ਚ ਮੈਂ ਕਿੱਦਾਂ ਕਹਿ ਰਿਹਾ ਮਰ ਗਿਆ ਮੇਰਾ ਲੱਗਾ 1300 ਰੁਪਇਆ ਕਿਰਾਏ ਦਾ ਤੇਰਾ ਤੁਹਾਡੇ ਕੋਲ ਆਉਣ ਦਾ ਅੱਛਾ ਉਹ ਮੈਨੂੰ 1300 ਮੇਰਾ 1300 ਰੁਪਇਆ ਕਿਉਂਕਿ ਮਤਲਬ ਮੰਜੇ ਲੈ ਕੇ ਆਇਆ ਤੂੰ ਉੱਥੋਂ 15 ਮੰਜੇ ਨਾਲ ਲੈ ਗਿਆ ਕੱਲਾ ਤੂੰ ਆਇਆ 1300 ਕਿੱਦਾਂ ਲੱਗ ਗਿਆ ਤੇਰਾ 650 ਆਉਣ ਦਾ 650 ਜਾਣ ਦਾ ਬਸ ਕਿਉਂ ਨਾਲ ਲਾਸ਼ ਲੈ ਗਿਆ ਸੀ ਤੂੰ ਨਾਲ ਲਾਸ਼ ਲੈ ਕੇ ਮੈਂ 1300 ਲੱਗਿਆ ਸੀ ਤੂੰ ਜਾਂ ਮੇਰਾ ਮੈਨੂੰ ਦੱਸੋ ਕਿੱਦਾਂ ਮਰਿਆ ਜਾਂ ਮੈਨੂੰ 1300 ਮੇਰਾ ਮੋੜ ਦੋ ਮੈਂ ਜਾ 1300 ਰੁਪਇਆ ਨਾ ਮੈਂ ਇਹ ਦੱਸਾਂ ਕਿੱਦਾਂ ਮਰਿਆ ਆ ਕਿਉਂ ਨਹੀਂ ਦੱਸਣਾ ਹੈ ਤੈਨੂੰ ਮੈਂ ਦੱਸ ਮੈਂ ਕਿੱਦਾਂ ਮਰਿਆ ਆ ਤੂੰ ਮੇਰੇ ਤੇ ਉੱਠ ਕੇ ਕੇਸ ਕਰ ਦੋਵੇਂ ਹਾਂ ਹੈ ਤੂੰ ਕਹਦਾ ਹਕੀਮ ਦਵਾਈ ਲੈਣਾ ਬੰਦਾ ਮਰਿਆ ਉਹਦਾ ਹਿਸਾਬ ਹੋ ਗਿਆ ਉਹਦਾ ਕਫਨ ਵੀ ਪੁਰਾਣਾ ਹੋ ਗਿਆ ਆ ਹੁਣ ਤਾਂ ਉਹਦੇ ਕੋਈ ਚੀਜ਼ ਨੀ ਲੱਭਣੀ ਉੱਥੇ ਉਹ ਕਹਿੰਦੇ ਕਹਿੰਦਾ ਤੇ ਨੱਕ ਤੇ ਘਸੋਣ ਮਾਰ ਕਿਉਂ ਨੱਕ ਤੇ ਘਸੋਣ ਕੇ ਮਾਰ ਕੋ ਮੈਂ ਗਾਲ ਕੱਢੀ ਤੁਹਾਨੂੰ ਘੁੰਮਦਾ ਪੋ ਗਿਆ ਤੁਹਾਨੂੰ ਓਏ ਮੁੰਡਿਆ ਦਿਓ ਨੂੰ 1300 ਗਰੀਬ ਨੂੰ ਹਾਂ ਦਿਓ 1300 ਮੈਨੂੰ ਅੱਛਾ ਮੈਂ ਤਾਂ ਜਾਵਾਂ ਘਰ ਨੂੰ ਮੇਰਾ ਨਾਮ ਲਿਖਿਆ ਜੀ ਬਾਹਰ ਲਿਖਾਇਆ ਜੀ ਐਡਾ ਹਕੀਮ ਦਿਓ ਨੂੰ 1300 ਗਰੀਬ ਨੂੰ 1300 ਰੁਪਇਆ ਮੈਂ ਮਿਲ ਫੜਾਇਆ ਉਹਨੇ ਕਿਰਾਇਆ ਨਹੀਂ ਲਾ ਕੇ ਆਇਆ ਮੈਂ ਕਿਰਾਇਆ ਨਹੀਂ ਲਾ ਕੇ ਮੇਰੇ ਕੰਮ ਗਿਆ ਸੀ ਤੂੰ ਮੇਰਾ ਕੰਮ ਹੋਇਆ ਕੰਮ ਹੋਇਆ ਆ ਮੇਰਾ ਬੰਦਾ ਕਿੱਦਾਂ ਮਰਿਆ ਉਹਦੀਆਂ ਪੀਲੀਆਂ ਅੱਖਾਂ ਸੀ ਅੱਜਾ ਕਿੱਦਾਂ ਮਰਿਆ ਲੱਤਾਂ ਚੁੱਕਦਾ ਸੀ ਥੱਲੇ ਚੇਤਦਾ ਸੀ ਮੇਰਾ ਬੰਦਾ ਕਿੱਦਾਂ ਮਰਿਆ ਬਸ ਦੇਖਿਆ ਬਾਜੇ ਵਾਲਾ ਵਾ ਸਿਰਫ ਨਕਲਾਂ ਲਾਉਣੀਆਂ ਹੁੰਦੀਆਂ ਹੋਰ ਕੁਛ ਨਹੀਂ ਜਦੋਂ ਦੀ ਦੁਕਾਨ ਕੰਮ ਬਾਜਿਆਂ ਦਾ ਤੇ ਬੜਾ ਚੜੀ ਇਧਰ ਹਕੀਮੀ ਝੂਠਾ ਹਕੀਮ ਓਏ ਬਾਜਿਆਂ ਦਾ ਛੋਟਾ ਕਰਦਾ ਮੈਂ ਤਾਂ ਕਰਦਾ ਹੀ ਨਹੀਂ ਛੋਟਾ ਕਰਦਾ ਕਿਤੇ ਹੋਇਆ ਜੁਮੇ ਨੂੰ ਰਾਜ ਹੋਵੇ ਤੇ ਮੈਂ ਲਾਲ ਚਲੇ ਜਾਂਦਾ ਮੈਂ ਤਾਂ ਕਰਦਾ ਹੀ ਨਹੀਂ ਕਰਦਾ ਹੀ ਨਹੀਂ ਹੈ ਐਡੇ ਬਣੇ ਫਿਰਦੇ ਜਦੋਂ ਦੀ ਦੁਕਾਨ ਬਣਾਈ ਆ 3 ਸਾਲ ਦੁਕਾਨ ਨੂੰ ਹੋ ਗਏ 5 ਬੰਦਿਆਂ ਕੋਈ ਛਿੱਤਰ ਖਾ ਲਿਆ ਐ ਕੀ ਕਹਿਣ ਦੇ ਬਾਈ ਮੁੰਡਿਆ ਜਾ ਉੱਠ ਰੋਟੀ ਖਾ ਨਾਲ ਮਿਲ ਲੈ 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 ਆ ਜਾ ਉੱਠ ਜੁਮੇ ਰਾਤ ਅੱਜ ਰੋਟੀ ਲੈ ਆ ਠੀਕ ਹੈ ਜੀ ਹਾਂਜੀ ਐ ਇਹ ਹਕੀਮ ਦੇ ਉਹ ਗਰੀਬ ਦਾ 1300 ਕਿੱਥੋਂ ਕਿਰਾਇਆ ਲਾ ਕੇ ਆਇਆ 1300 ਕਾਹਦਾ ਦੇ ਦਵਾਂ ਮੈਂ 1300 ਦੇਣਾ ਤਾਂ ਜਾਨ ਛੁੱਟਣੀ ਹੈ ਜੇ ਨਹੀਂ ਦੇਣਾ ਤੇ ਠੀਕ ਚਾਰ ਭਾਈ ਉਹ ਯਾਰ 1300 ਮੈਂ ਤਾਂ ਲਿਆ ਨਹੀਂ ਭਾਈ ਤੇ ਮਾਰ ਲੈ ਮੈਂ ਤਾਂ ਲਿਆ ਹਕੀਮ ਐਰੀਆ ਮੈਂ ਤਾਂ ਮਰਿਆ ਹੀ ਨਹੀਂ ਕਾਹਦਾ ਹਕੀਮ ਆ ਤੂੰ ਉਹ ਗਰੀਬ 1300 ਰੁਪਈਆ ਖਰਚ ਗਿਆ ਨਾ ਉਹਨੂੰ ਚੱਜ ਦਾ ਮਸੀਹਾ ਦਿੱਤਾ ਨਾ ਬੰਦ ਕਰ ਆਪਣਾ ਮੂੰਹ ਬੰਦ ਕਰ ਮੈਂ ਤਾਂ ਕਰ ਹੀ ਲਿਆ ਆ ਮੈਂ ਤਾਂ ਖਲਾਰੇ ਮੈਂ ਤਾਂ ਸਾਰੇ ਨਹੀਂ ਭਾਜੀ ਮੈਨੂੰ ਕੀ ਪਤਾ ਕਿਹਨੇ ਲਿਆ ਦੱਸੋ ਹੀ ਆ ਤੂੰ ਕਹਦਾ ਹਕੀਮ ਤੂੰ ਦੱਸਣ ਦੇ ਬੰਦਾ ਕਿਦਾਂ ਮਰਿਆ ਕਿਸੇ ਕਰਦੇ ਦਾ ਹਕੀਮ ਨਿਕਲਾ ਮਰਿਆ ਆ ਮੈਨੂੰ ਕੀ ਪਤਾ ਕਿਦਾਂ ਮਰਿਆ ਹਕੀਮ ਮਾਰ ਬਸ ਤੇ ਕਹਿੰਦਾ ਮਰਿਆ ਹਕੀਮ ਨੂੰ ਆ ਨਾ ਮੇਰਾ ਭਰਾ ਮਾਰ ਤੇ ਮੇਰੀ ਪੌੜੀਆਂ ਤੋਂ ਥੱਲੇ ਡਿੱਗਿਆ ਉਹ ਮੇਰੀ ਕੀ ਪਤਾ ਕਿਦਾਂ ਮਰਿਆ ਆ ਕਿਦਾਂ ਮਰਿਆ ਤੈਨੂੰ ਜਦੋਂ ਪਤਾ ਹੀ ਨਹੀਂ ਕਿਦਾਂ ਮਰਿਆ ਤੂੰ ਹਕਮਤ ਕਾਦੀ ਖੋਲ ਕੇ ਬੈਠਾ ਤੂੰ ਕਹਦਾ ਹਕੀਮ ਮੇਰੇ ਜੀ ਮਰਿਆ ਕਿਦਾਂ ਮਰਿਆ ਕਿਦਾਂ ਮਰਿਆ ਤੇਰਾ ਹੱਕ ਬਣਦਾ ਮੈਂ ਇੰਨੀ ਦੂਰ ਸਫ਼ਰ ਕਰਕੇ ਸਹੀ ਛਿੱਤਰ ਪਿਆ ਈ ਥੱਪੜੇ ਕਮਾ ਰਹੇ
ਲੁੱਟਿਆ ਗਿਆ ਜਾ ਲੁੱਟਿਆ ਜਾਈ ਨਾ ਤੂੰ ਵੀ ਆ ਮੱਖੀ ਤੂੰ ਵੀ ਲੈ ਜਾ ਵੀ ਲੈ ਜਾਈ ਨਾ ਲੈ ਜਾ ਇਹਦਾ ਪੇੜਾ ਕਰਕੇ ਜੇ ਇਹਨਾਂ ਦਾ ਇੱਥੇ ਬੈਠੀ ਹੋ ਕਾਕਾ ਦੁਕਾਨ ਤੇ